ਸਾਦ ਸੰਗਤ ਜੀ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀਨ ਸਾਹ ਮੋਰਚਾ 7 ਜਨਵਰੀ ਤੋਂ ਲਗਾਤਾਰ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬੇਅਦਬੀਆਂ ਦਾ ਇਨਸਾਫ ਲੈਣ ਲਈ ਮੰਦੀ ਸਿੰਘਾਂ ਦੀ ਰਿਹਾਈ ਲਈ ਬਹਿਬਲ ਕਲਾਂ ਕੋਟਕਪੂਰਾ ਦੇ ਵਿੱਚ ਕੀਤੇ ਗਏ ਸ਼ਹੀਦ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਮੋਰਚਾ ਲਗਾਤਾਰ ਚੱਲ ਰਿਹਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਰ ਰੋਜ਼ ਇਹੀ ਬੇਨਤੀਆਂ ਹੁੰਦੀਆਂ ਨੇ ਬਾਬਾ ਜੀ ਕਰਦੇ ਹੁੰਦੇ ਨੇ ਕਿ ਜਿਹੜੇ ਬੰਦੀ ਸਿੰਘ ਨੇ ਸੱਚੇ ਪਾਤਸ਼ਾਹ ਉਹਨਾਂ ਦੀ ਬੰਦ ਖਲਾਸੀ ਕਰੋ ਸਾਡੇ ਵਿੱਚ ਬੈਠਣਾ ਕੇ ਫਤਿਹ ਬੁਲਾਉਣ ਫਤੇ ਦੀ ਸਾਝ ਕਰਨਾ ਗੁਰੂ ਸਾਹਿਬ ਨੇ ਅਰਦਾਸ ਸੁਣ ਲਈ ਆ ਭਾਈ ਲਖਵਿੰਦਰ ਸਿੰਘ ਲਖਾ ਜਿਹੜੇ ਬੰਦੀ ਸਿੰਘਾਂ ਦੇ ਵਿੱਚ ਨੌ ਉਹਨਾਂ ਦਾ ਦਰਦ ਸੀਗਾ ਆ ਪੰਜਵੇਂ ਨੰਬਰ ਤੇ ਫੋਟੋ ਲੱਗੀ ਹੋਈ ਆ ਉਹਨਾਂ ਦੀ ਦੇਖੋ ਜਵਾਨੀ ਦੇ ਵਿੱਚ ਫੋਟੋ ਲੱਗੀ ਹੋਈ ਆ ਪਰ ਜਦ ਕੱਲ੍ਹ ਰਿਹਾ ਹੋਏ ਉਹਨਾਂ ਨੂੰ ਮਿਲੇ ਤਾਂ ਉਹਨਾਂ ਦਾ ਚਿੱਟਾ ਦਾੜਾ ਸੀਗਾ ਬੜਾ ਬੜਾਪੇ ਦੇ ਵਿੱਚ ਆ ਗਏ ਸਾਰੀ ਜ਼ਿੰਦਗੀ 27 28 ਸਾਲ ਕਾਲ ਕੂਠਲੀਆਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਆਪਣੇ ਸਰੀਰਾਂ ਦੀ ਪਰਿਵਾਰ ਨਾ ਕਰਦਿਆਂ ਹੋਇਆ ਜੇਲ੍ਹਾਂ ਦੇ ਵਿੱਚ ਗੁਜ਼ਾਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਪੂਰੇ ਵਰਲਡ ਦੇ ਵਿੱਚ ਅਰਦਾਸ ਕਰ ਰਹੀਆਂ ਨੇ ਹਰ ਰੋਜ਼ ਕਿ ਸੱਚੇ ਪਾਤਸ਼ਾਹ ਬੰਦੀ ਸਿੰਘਾਂ ਦੀ ਰਿਹਾਈ ਕਰੋ ਇਸ ਕੌਮੀ ਅਸਾਹ ਮੋਰਚੇ ਨੂੰ ਵੀ ਸਫਲਤਾ ਦਾ ਬੂਰ ਪਿਆ ਕਿ ਇੱਕ ਬੰਦੀ ਸਿੰਘ ਰਿਹਾ ਹੋ ਗਿਆ ਗੁਰੂ ਸਾਹਿਬ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੰਨੇ ਵੀ ਸਿੰਘ ਨੇ ਸਾਰੇ ਇੱਕ ਇੱਕ ਕਰਕੇ ਸਾਰੇ ਰਿਹਾ ਹੋਣਗੇ ਗੁਰੂ ਸਾਹਿਬ ਇਹ ਆਪ ਕਲਾ ਵਰਤਾ ਰਹੇ ਨੇ ਇਸ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਗਿਆ ਹੋਇਆ ਹੈ ਆਓ ਆਪਾਂ ਸਾਰੇ ਰਲ ਕੇ ਇਸ ਮੋਰਚੇ ਦੀ ਚੜ੍ਹਦੀ ਕਲਾ ਅਤੇ ਫਤਿਹ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੂਰੇ ਤਨਮਨ ਦੇ ਨਾਲ ਸੇਵਾਵਾਂ ਕਰੀਏ ਜਿਹੜੇ ਪ੍ਰੋਗਰਾਮ ਨੇ ਹੁਣ ਜਿਸ ਤਰ੍ਹਾਂ ਪਰਸੋਂ ਨੂੰ 13 ਤਰੀਕ ਨੂੰ ਚੱਪੜ ਜਿੜੀ ਦੇ ਮੈਦਾਨ ਤੋਂ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਮੁਗਲ ਰਾਜ ਦੀ ਜੜ ਪੱਟੀ ਦੇ ਉਹ ਦਿਨ ਨੇ ਅੱਜ ਕੱਲ ਜਦੋਂ ਬੰਦਾ ਸਿੰਘ ਬਹਾਦਰ ਇਸ ਸਥਾਨ ਦੇ ਉੱਤੇ ਪਹੁੰਚੇ ਫਿਰ ਜਿਹੜੀ ਸਰਹੰਦ ਸੀ ਫਤਿਹ ਹੋਈ ਵਜੀਦ ਖਾਨ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਬਦਲਾ ਲਿਆ ਗਿਆ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਉਹ ਫਤਿਹ ਦਿਵਸ ਆਪਾਂ ਨੇ ਮਨਾਉਣਾ ਹੈ 13 ਜਿਹੜੀ ਮਈ ਹੈ ਪਰਸੋਂ ਰੋਜ਼ ਦਿਨ ਸ਼ਨੀਵਾਰ ਨੂੰ 2 ਵਜੇ ਚੱਪੜ ਚੀੜੀ ਦੇ ਮੈਦਾਨ ਤੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਨਿਹੰਗ ਸਿੰਘ ਦਲਪੰਥ ਉਹ ਸਮਾਰਜ ਦੀ ਗਵਾਹੀ ਕਰਨਗੇ ਘੋੜੇ ਤੌਸੀ ਨਗਾਰੇ ਅਤੇ ਖਾਲਸਾਈ ਜਹੋ ਜਲਾਲ ਦੇ ਨਾਲ ਸਾਰੇ ਬਹੀ ਕਲ ਲੈ ਕੇ ਆਪੋ ਆਪਣੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਫਤਿਹ ਮਾਰਚ 13 ਤਰੀਕ ਨੂੰ 2 ਵਜੇ ਚੱਪੜ ਚਿੜੀ ਤੋਂ ਆਰੰਭ ਹੋ ਕੇ ਸ਼ਾਮ ਨੂੰ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਪਹੁੰਚੇਗਾ ਆਪਾਂ ਸਾਰਿਆਂ ਨੇ ਰਲ ਕੇ ਇਸ ਮਾਰਚ ਦੇ ਵਿੱਚ ਹਿੱਸਾ ਬਣਨਾ ਹੈ ਕੌਮੀ ਮੋਰਚੀ ਚੜ੍ਹਦੀ ਕਲਾ ਦੇ ਲਈ ਅਤੇ 17 ਦਿਨਿਕ ਨੂੰ ਉਸ ਕੌਮੀ ਜਥੇਦਾਰ ਜਿਹੜਾ ਪੂਰੇ 10 ਲੱਖ ਦੇ ਇਕੱਠ ਨੇ ਸਿੱਖ ਸੰਗਤਾਂ ਨੇ ਸਰਬੱਤ ਖਾਲਸੇ ਦੇ ਵਿੱਚ ਜਿਨ੍ਹਾਂ ਨੂੰ ਕੌਮ ਦਾ ਅਕਾਲ ਤਖਤ ਸਾਹਿਬ ਜਥੇਦਾਰ ਬਣਾਇਆ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ 10 17 ਮਈ ਨੂੰ ਜਨਮ ਦਿਨ ਹੈ ਵੱਡੀ ਪੱਧਰ ਦੇ ਵਿੱਚ ਆਪਾਂ ਨੇ ਇਹ ਸਟੇਜ ਦੇ ਉੱਤੇ ਉਹਨਾਂ ਦਾ ਜਨਮ ਦਿਨ ਮਨਾਉਣਾ ਕਿਉਂਕਿ ਕੌਮ ਦੇ ਜਸੇਦਾਰ ਨੇ ਪੰਥ ਦੇ ਹੀਰੇ ਨੇ ਉਹ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਵਾਸਤੇ ਕੱਟੀ ਆ ਜੇਲ੍ਹਾਂ ਦੇ ਵਿੱਚ ਦੇਖੋ ਨੌਜਵਾਨੀ ਦੇ ਵਿੱਚ ਪਹਿਲ ਧਰਦਿਆਂ ਹੀ ਉਹ ਜੇਲ੍ਹਾਂ ਦੇ ਵਿੱਚ ਚਲੇ ਗਏ ਤੇ ਆਪਣੀ ਜਵਾਨੀ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਗਾਲੀ ਹੈ ਉਹ ਮਹਾਨ ਯੋਧੇ ਨੇ ਆ ਜਿਹੜੀ ਜਵਾਨੀ ਸਾਨੂੰ ਦਿਖ ਰਹੀ ਹੈ ਇਹਨਾਂ ਦੀ ਬਦੌਲਤ ਬਚੀ ਹੋਈ ਹੈ ਜੇ ਨਾ ਇਹ ਬਿਆੰਤ ਬੋਚੜ ਨੂੰ ਸੋਧੇ ਹੋ ਸਕਦਾ ਦੀ ਸਾਨੂੰ ਆ ਜਵਾਨੀ ਨਾ ਦੇਖਣ ਨੂੰ ਮਿਲਦੀ ਉਹਨਾਂ ਨੇ ਝੂਠੇ ਮੁਕਾਬਲੇ ਕਰ ਕਰਕੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਇਹਨਾਂ ਕੌਮੀ ਯੋਧਿਆ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਸ ਦੁਸ਼ਟ ਪਾਪੀ ਨੂੰ ਸੋਧਾ ਲਾਇਆ ਤੇ ਹੁਣ ਇਹਨਾਂ ਦੀਆਂ ਸੁਜਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਸਾਰਾ ਪੰਥ ਸਾਰੀ ਸਿੱਖ ਕੌਮ ਪਪਾਂ ਭਾਰ ਹੋਈ ਹੈ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਆਪੋ ਆਪਣੇ ਸਾਰੇ ਨੇ ਜਿਤਨਾ ਅਰੰਭ ਹੋਏ ਨੇ ਅਤੇ ਪਰ ਸਿੱਖ ਕੌਮ ਵੱਲੋਂ ਕੌਮੀ ਅਨਸਾਹ ਮੋਰਚਾ 7 ਜਨਮਰੀ ਤੋਂ ਲਗਾਤਾਰ ਜਾਰੀ ਹੈ ਉਦੋਂ ਤੱਕ ਚੱਲਦਾ ਰਹੇਗਾ ਜਦਨ ਚ ਇਹ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ 17 ਸਤਰੀਕ ਨੂੰ ਕੌਮੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦਾ ਜਨਮ ਦਿਨ ਹੈ ਮੈਂ ਸਾਰੇ ਪੰਥ ਨੂੰ ਸਾਰੀ ਕੌਮ ਨੂੰ ਅਪੀਲ ਕਰਦਾ ਹੈ ਕਿ 17 ਜਨਵਰੀ ਨੂੰ ਬਹੀਰਾ ਘਾਤ ਕੇ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਪਹੁੰਚੋ ਆਓ ਆਪਾਂ ਉਹ ਜਥੇਦਾਰ ਦਾ ਜਨਮ ਚੜ੍ਹਦੀ ਕਲਾ ਦੇ ਨਾਲ ਧੂਨ ਧਾਵ ਨਾਲ ਮਨਾਈਏ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਾਡੇ ਜਥੇਦਾਰ ਸਾਹਿਬ ਸਾਰੇ ਬੰਦੀ ਸਿੰਘਾਂ ਸਮੇਤ ਜਲਦੀ ਰਿਹਾਅ ਹੋ ਕੇ ਸਾਡੇ ਵਿੱਚ ਬੈਠਣ ਅਤੇ ਕੌਮ ਦੀ ਗਵਾਹੀ ਕਰਨ ਤੇ ਇਹ ਬੋਲਦਾ ਭਾਈ ਲਖਵਿੰਦਰ ਸਿੰਘ ਹੋਣ ਵਾਲਾ ਕਿ ਉਹਨਾਂ ਨੇ ਕੱਲ ਉਹਨਾਂ ਦੀ ਰਿਹਾਈ ਹੋਈ ਹੈ ਪਹਿਲਾਂ ਵੀ ਦੱਸਿਆ ਭਾਈ ਲਖਵਿੰਦਰ ਸਿੰਘ ਜੀ ਲਖਾ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਨੌ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇੱਕ ਉਹਨਾਂ ਜੋ ਬਾਹਰ ਆ ਚੁੱਕੇ ਨੇ ਗੁਰੂ ਦਾ ਸਕੁਰਾਨਾ ਅਸੀਂ ਕੋਟਾਨ ਕੋਟ ਧੰਨਵਾਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਅਰਦਾਸਾਂ ਸੁਣੀਆਂ ਨੇ ਤੇ ਬਾਕੀ ਰਹਿੰਦੇ ਸਿੰਘ ਵੀ ਜਲਦੋਂ ਜਲਦ ਰਿਹਾ ਹੋਣਗੇ ਸਾਰਿਆਂ ਵੀਰਾਂ ਦਾ ਬੀਬਾਂ ਬੀਬੀਆਂ ਦਾ ਜਿਹੜੇ ਇੱਥੇ ਪੰਡਾਲ ਦੇ ਵਿੱਚ ਪਹੁੰਚ ਕੇ ਹਰ ਰੋਜ਼ ਹੀ ਖਾਜਰੀਆਂ ਭਰਦੇ ਹੋ ਸਾਰਿਆਂ ਨੂੰ ਜੀਓ